ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਾਡੇ ਲੋਕਾਂ ਨੂੰ ਕਹਿਣਾ ਚਾਹੁੰਦਾ ਕਿ ਜਿਹੜੀ ਇਹ ਵੀਡੀਓ ਹੈ ਲੋਕਡਾਊਨ ਤੇ ਹੈ ਜਿਹੜਾ 11 ਜ਼ਿਲ੍ਹਿਆਂ ਦੇ ਵਿੱਚ ਲੱਗ ਚੁੱਕਿਆ ਤੇ ਉਹਦੇ ਤੇ ਕੈਪਟਨ ਸਾਹਿਬ ਨੂੰ ਸਵਾਲ ਕਰਨੇ ਤੇ ਆਪਾਂ ਮੌਨ ਵਰਤ ਰੱਖਣਾ ਹੁਣ ਮੌਨ ਵਰਤ ਦਾ ਮੇਰੇ ਕੋਲ ਕੋਈ ਸਬੂਤ ਤਾਂ ਨਹੀਂ ਸਕਦਾ ਪਰ ਜਿਹੜਾ ਮੌਨ ਵਰਤ ਆ ਉਹ ਮੈਂ ਤੁਹਾਨੂੰ ਇਹ ਕਹਾਂਗਾ ਵੀ ਮੌਨ ਵਰਤ ਇਹ ਵੀਡੀਓ ਸੁਣ ਕੇ ਜੇਕਰ ਵਾਕਈ ਤੁਹਾਨੂੰ ਲੱਗਿਆ ਵੀ ਇਹ ਵੀਡੀਓ ਤੇ ਮੌਨ ਵਰਤ ਰੱਖਣਾ ਚਾਹੀਦਾ ਤੇ ਤੁਸੀਂ ਵੀਡੀਓ ਸ਼ੇਅਰ ਕਰਦੇ ਜੇ ਕਿਉਂਕਿ ਕੈਪਟਨ ਸਾਹਿਬ ਨੂੰ ਪਤਾ ਲੱਗ ਜੇ ਵੀ ਇੰਨੇ ਬੰਦਿਆਂ ਨੇ ਮੌਨ ਵਰਤ ਰੱਖ ਲਿਆ ਹੁਣ ਮੈਂ ਕੈਪਟਨ ਸਾਹਿਬ ਨੂੰ ਕਹਿਣਾ ਚਾਹੁੰਗਾ ਕੈਪਟਨ ਸਾਹਿਬ ਜੀ ਤੁਸੀਂ ਪਿਛਲੇ ਜਦੋਂ ਲੋਕਡਾਊਨ ਲਾਇਆ ਸੀ ਆਪਾਂ ਤੁਸੀਂ ਕਹਿਆ ਸੀ ਮੈਂ ਇੱਕ ਪਿਓ ਦੇ ਉੱਤੇ ਤੇ ਬੈਠਾ ਪਿਤਾ ਦੇ ਉੱਤੇ ਬੈਠਾ ਪੰਜਾਬ ਦੇ ਤੇ ਮੈਨੂੰ ਸਾਰੇ ਬੱਚੇ ਇੱਕੋ ਜਿਹੇ ਆ ਪਰ ਕੈਪਟਨ ਸਾਹਿਬ ਇੱਕ ਗੱਲ ਯਾਦ ਰੱਖੋ ਪਿਛਲੀ ਵਾਰੀ ਜਿਹੜੇ ਤੁਹਾਡੇ ਗਰੀਬ ਬੱਚੇ ਸੀ ਉਹ ਭੁੱਖ ਨਾਲ ਮਰ ਗਏ ਸੀਗੇ ਤੇ ਜਿਨ੍ਹਾਂ ਨੇ ਕਿੰਨਾਂ ਨੇ 25 25 30 30 ਹਜ਼ਾਰ ਦੇ ਲੋਨ ਚੱਕੇ ਸੀ ਪ੍ਰਾਈਵੇਟ ਕੰਪਨੀਆਂ ਤੋਂ ਉਹਨਾਂ ਕੋਲੋਂ ਪੈਸੇ ਨਹੀਂ ਭਰੇ ਗਏ ਤੇ ਉਹਨਾਂ ਨੂੰ ਕੰਪਨੀਆਂ ਵਾਲੇ ਆ ਕੇ ਡਰਾਉਂਦੇ ਸੀਗੇ ਤੇ ਤੁਸੀਂ ਆਉਂਦੇ ਬੱਚਿਆਂ ਦੀ ਕੋਈ ਪੁੱਛ ਪੜਤਾਲ ਨਹੀਂ ਕੀਤੀ ਫਿਰ ਪਿਤਾ ਘੁੱਠੇ ਲਾਰੇ ਵੀ ਲਾਇਸੀ ਲੋਕਾਂ ਨੂੰ ਤੁਸੀਂ ਉਹ ਵੀ ਨਹੀਂ ਦਿੱਤੇ ਖੈਰ ਕੋਈ ਇਹ ਗੱਲ ਕੋਈ ਰਾਜਨੀਤੀ ਕਰਨ ਦਾ ਵੇਲਾ ਨਹੀਂ ਜਿਹੜੀ ਤੁਸੀਂ ਮਹਾਮਾਰੀ ਦੀ ਗੱਲ ਕੀਤੀ ਆ ਤੇ ਪਿਤਾ ਜੀ ਮੈਂ ਗੱਲ ਤੁਹਾਨੂੰ ਪੁੱਛਣਾ ਚਾਹਨਾ ਕਿ ਇਹ ਜਿਹੜਾ ਕਰੋਨਾ ਵਾਇਰਸ ਆ ਇਹ ਤੁਸੀਂ ਇਹਦੀ ਸਟੱਡੀ ਕਿੱਥੋਂ ਕੀਤੀ ਆ ਮੈਨੂੰ ਇਹ ਦੱਸੋ ਕਿਉਂਕਿ ਕਾਰਨ ਇਹ ਆ ਕਿ ਜਿਹੜੀ ਮਹਾਮਾਰੀ ਰੱਬ ਦੀ ਦਿੱਤੀ ਹੋਈ ਭੇਜੀ ਬਿਮਾਰੀ ਇੱਕ ਉਹਦੇ ਬਾਰੇ ਕੋਈ ਰੱਬ ਦੀ ਕੋਈ ਨਾ ਤਾਂ ਕੋਈ ਮੀਂਹ ਵਾਰੇ ਦੱਸ ਸਕਦਾ ਆਪਾਂ ਵੇਖਦੇ ਆ ਨੈੱਟ ਦੱਸਦਾ ਜੀ ਫਲਾਨੀ ਤਰੀਕ ਨੂੰ ਇੰਨਾ ਮੀਂਹ ਆਉਣਾ ਤੇ ਉਹ ਬੱਦਲ ਵਾਈ ਹੋ ਕੇ ਮੁਰ ਜਾਂਦੀ ਆ ਫਿਰ ਕਈ ਵਾਰੀ ਕਹਿ ਦਿੰਦੇ ਜੀ ਕੱਲ ਨੂੰ ਇੰਨਾ ਵੀ ਆਉਣਾ ਹੀ ਆਉਣਾ ਤੇ ਰੱਬ ਇੱਕ ਕਣੀ ਵੀ ਨਹੀਂ ਸਿਰਦਾ ਉਹ ਤਾਂ ਬੱਦਲ ਵਾਈ ਰੱਖ ਬੱਦਲ ਵਾਈ ਵੀ ਨਹੀਂ ਕਰਦਾ ਉੱਥੇ ਕਹਿ ਦਿੰਦੇ ਆ ਰੱਬ ਦੇ ਰੰਗਾਂ ਦਾ ਕੋਈ ਪਤਾ ਨਹੀਂ ਕਹਿੰਦਾ ਰੱਬ ਦੇ ਰੰਗ ਤੇ ਕੈਪਟਨ ਦੀ ਸਰਕਾਰ ਲੋਕਾਂ ਨੂੰ ਦੱਸਣ ਤੋਂ ਤੰਗ ਵੀ ਅਸੀਂ ਕੀ ਕੀਤਾ ਹੁਣ ਉਹੀ ਤੁਹਾਨੂੰ ਮੈਂ ਗੱਲ ਕਹਿ ਰਿਹਾ ਕੈਪਟਨ ਸਾਹਿਬ ਵੀ ਤੁਹਾਨੂੰ ਕਿਵੇਂ ਪਤਾ ਲੱਗ ਕੇ ਜਾਂਦਾ ਵੀ ਜਿਹੜਾ ਇਹ ਕੋਰੋਨਾ ਵਾਇਰਸ ਹੈ ਰਾਤ ਨੂੰ 9 ਵਜੇ ਤੋਂ ਲੈ ਕੇ 5 ਵਜੇ ਤੱਕ ਆਉਂਦਾ ਉਹ ਵੀ 11 ਜ਼ਿਲ੍ਹਿਆਂ 'ਚ ਆਉਂਦਾ ਤੇ ਇਹਦੇ ਬਾਰੇ ਮੈਨੂੰ ਦੱਸਿਆ ਜੇ ਜਰੂਰ ਤੇ ਫਿਰ ਕੈਪਟਨ ਸਾਹਿਬ ਮੈਂ ਵੀ ਗੱਲ ਕਹਿਣੀ ਚਾਹੂੰਗਾ ਕਿ ਜਿਹੜੀ ਆਪਾ ਹੁਣ ਕਹਿ ਰਹੇ ਆ ਕਿ ਮਹਾਮਾਰੀ ਆ ਇਹ ਮਹਾਮਾਰੀ ਧਰਨੇਆਂ ਦੇ ਵਿੱਚ ਇੱਕ ਮਾਸਕ ਲਾਉਣ ਵਾਲੀ ਜਦੋਂ ਧਰਨੇ ਦੇ ਵਿੱਚ ਲੋਕ ਬੈਠਦੇ ਆ ਧਰਨੇਆਂ ਦੇ ਵਿੱਚ ਉੱਥੇ ਪਤਾ ਨਹੀਂ ਕਿੰਨੇ ਕੁ ਲੋਕ ਬੈਠੇ ਹੁੰਦੇ ਆ ਕੈਪਟਨ ਸਾਹਿਬ ਉੱਥੇ ਮਹਾਮਾਰੀ ਨਹੀਂ ਆਉਂਦੀ ਪਿਤਾ ਜੀ ਮੈਨੂੰ ਸਮਝ ਨਹੀਂ ਆ ਰਹੀ ਫਿਰ ਪਿਤਾ ਜੀ ਮੈਂ ਤੁਹਾਨੂੰ ਇਹ ਵੀ ਕਹਿਣਾ ਚਾਹੂੰਗਾ ਕਿ ਮਹਾਮਾਰੀ ਕਿਹੋ ਜੀ ਆ ਇਹ ਰੱਬ ਨੇ ਕਿਹੋ ਜੀ ਬਣਾਈ ਆ ਜਦੋਂ ਕਿਸੇ ਮੁੱਖ ਮੰਤਰੀ ਦੇ ਘਰ ਵਿਆਹ ਹੁੰਦਾ ਉੱਥੇ ਇਕੱਠ ਵੀ ਹੁੰਦਾ ਉੱਥੇ ਇਹ ਮਹਾਮਾਰੀ ਆਉਂਦੀ ਨਹੀਂ ਤੇ ਤੁਹਾਡਾ ਜਿਹੜਾ ਲੜਕਾ ਜਿਹੜਾ ਮੈਂ ਹੁਣ ਕੀ ਕਹਾਂ ਉਹਨੂੰ ਚਾਚਾ ਜੀ ਕਹਾਂ ਉਹਨਾਂ ਨੂੰ ਜਾਂ ਕੀ ਕਹਾਂ ਉਹ ਤੁਸੀਂ ਬਣੇ ਬੈਠੇ ਆ ਚਲੋ ਮੈਂ ਭਰਾ ਕਹੂੰਗਾ ਉਹਨਾਂ ਨੂੰ ਸਾਡੇ ਭਰਾ ਜੀ ਦਾ ਜਦੋਂ ਲੜਕੀ ਦਾ ਵਿਆਹ ਸੀ ਤੁਹਾਡੀ ਪੋਤਰੀ ਦਾ ਤੇ ਸਾਡੇ ਭਰਾ ਜੀ ਭੰਗੜੇ ਪਾਈ ਰਾ ਰਹੇ ਆ ਉਹ ਛੱਲਾ ਨੋ ਨੋ ਖੇ ਵੇ ਵੇ ਪੁੱਤਰ ਮਿੱਠੜੇ ਮੇਵੇਂ ਉਹਦਾ ਭਰਾ ਜੀ ਸਾਡੇ ਭੰਗੜੇ ਪਾ ਰਹੇ ਆ ਉੱਥੇ ਕਰੋਨਾ ਵਾਇਰਸ ਨਹੀਂ ਜਾ ਰਿਹਾ ਜਦੋਂ ਕਿਤੇ ਰੈਲੀ ਹੋ ਰਹੀ ਆ ਕੋਈ ਮੰਤਰੀ ਰੈਲੀ ਕਰ ਰਿਹਾ ਜਾਂ ਕੋਈ ਸਾਫਕਾ ਜਾਂ ਕੋਈ ਐਮਪੀ ਰੈਲੀ ਕਰੀ ਜਾਂਦਾ ਜਾਏ ਉਹ ਜਲਾਲਾਬਾਦ ਚ ਕਰੀ ਜਾਂਦਾ ਚਾਹੇ ਉਹ ਖੇਮ ਕਰ ਰਾ ਹਲਕੇ ਚ ਕਰੀ ਜਾਂਦਾ ਉੱਥੇ ਇਹ ਮਹਾਮਾਰੀ ਨਹੀਂ ਜਾਂਦੀ ਆਪਾਂ ਹਦਾਇਤਾਂ ਜ਼ਰੂਰ ਬਣਾ ਦਿੰਦੇ ਆ ਵੀ ਮਾਸਕ ਲਗਾਓ ਜੇ ਸੈਨੀਟਾਈਜ਼ਰ ਸੈਨੀਟਾਈਜ਼ਰ ਹੱਥਾਂ ਤੇ ਹਰ ਕੋਈ ਲਾ ਲੈਂਦਾ ਕਈ ਤਾਂ ਮੇਰੇ ਵਰਗੇ ਮੂੰਹਾਂ ਤੇ ਵੀ ਲਾ ਲੈਂਦੇ ਆ ਪਰ ਮੂੰਹ ਤੇ ਮਾਸਕ ਤੁਸੀਂ ਵੀਡੀਓ ਵੇਖੋ ਲੋਕਾਂ ਦੇ ਨਹੀਂ ਲੱਗੇ ਹੁੰਦੇ ਘੱਟ ਲੱਗੇ ਹੁੰਦੇ ਆ ਇਹ ਪਿਤਾ ਜੀ ਸਮਝ ਨਹੀਂ ਆ ਰਹੀ ਗੱਲ ਫਿਰ ਪਿਤਾ ਜੀ ਹੁਣ ਮੈਂ ਤੁਹਾਨੂੰ ਇਹ ਵੀ ਕਹਿਣਾ ਚਾਹੂੰਗਾ ਕਿ ਇਹ ਮਹਾਮਾਰੀ ਹੈ ਕਿ ਹੋਜੀ ਆ ਮੈਂ ਇਹ ਘਰ ਤੇ ਵੀ ਜਿੱਥੇ ਇਲੈਕਸ਼ਨ ਹੁੰਦਾ ਹੁਣ ਬੰਗਾਲ ਦੇ ਵਿੱਚ ਇਲੈਕਸ਼ਨ ਸੀਗਾ ਉੱਥੋਂ ਇਹ ਮਹਾਮਾਰੀ ਆ ਗਈ ਤੇ ਫਿਰ ਪਿਤਾ ਜੀ ਇੱਕ ਹੋਰ ਮੈਂ ਤੁਹਾਨੂੰ ਇਹ ਵੀ ਗੱਲ ਕਹਿਣੀ ਚਾਹੂੰਗਾ ਕਿ ਮੈਂ ਤੁਹਾਡੀ ਇਹ ਗੱਲ ਜਿਹੜੀ ਆਪਣੀ ਮਹਾਮਾਰੀ ਦਾ ਤੁਸੀਂ ਕਰਫਿਊ ਲਾਇਆ ਸੀ ਤੁਹਾਡੇ ਨਾਲ ਆ ਪਰ ਹੁਣ ਤੁਸੀਂ ਸਾਡਾ ਪੱਖ ਵੀ ਸੁਣੋ ਜਿਨ੍ਹਾਂ ਦੇ ਘਰੇ ਪੈਸਾ ਪਿਆ ਜਿਨ੍ਹਾਂ ਦੇ ਘਰੇ ਰਾਸ਼ਨ ਪਿਆ ਉਹ ਬੜੇ ਆਰਾਮ ਨਾਲ ਖਾ ਸਕਦੇ ਆ ਮੈਂ ਗਰੀਬ ਪਰਿਵਾਰਾਂ ਚੋਂ ਨਾ ਪਿਤਾ ਜੀ ਤੁਹਾਨੂੰ ਪਤਾ ਹੋਣਾ ਚਾਹੀਦਾ ਪਰ ਇਹ ਪਹਿਲੀ ਵਾਰੀ ਹੋ ਰਿਹਾ ਵੀ ਪਿੱਤਾ ਬੜਾ ਮੀਰ ਹੋਵੇ ਤੇ ਉਹਦੇ ਜਿਹੜੇ ਬੱਚੇ ਆਉਣੋਂ ਬੜੇ ਗਰੀਬ ਹੋਣ ਤੇ ਪਿਤਾ ਜੀ ਬੜੀ ਇਹ ਕਾਣੀ ਵੰਡਾ ਚਲੋ ਕੋਈ ਗੱਲ ਨਹੀਂ ਜੇਕਰ ਤੁਸੀਂ ਪਿਤਾ ਜੀ ਸਾਨੂੰ ਕੁਛ ਨਹੀਂ ਦਿੱਤਾ ਤੇ ਪਰ ਪਿਤਾ ਜੀ ਤੁਹਾਨੂੰ ਇਹ ਗੱਲ ਕਹਿ ਦੇਵਾਂ ਕਿ ਜਿਨ੍ਹਾਂ ਕੋਲ ਤਾਂ ਚੰਗਾ ਪੈਸਾ ਜਿਨ੍ਹਾਂ ਕੋਲ ਚੰਗਾ ਰੱਛ ਨੂੰ ਤਾਂ ਲੋਕਡਾਊਨ ਪਹਿਲਾ 2 ਸਾਲ ਲੱਗਿਆ ਰਵੇ ਉਹ ਤਾਂ ਤਾਂ ਵੀ ਖਾ ਲੈਣਗੇ ਕਹਿਣ ਤੋਂ ਪਾਵਾ ਐਮਐਲਏ ਐਮਪੀ ਖਾਈ ਜਾਣਗੇ ਉਹਨਾਂ ਨੂੰ ਸਰਕਾਰ ਨੇ ਦੇਣਾ ਗਵਰਨਮੈਂਟ ਸਰਕਾਰ ਨੇ ਦੇਣਾ ਖਜ਼ਾਨੇ ਚੋਂ ਉਹ ਖਾਈ ਜਾਣਗੇ ਪਰ ਪਿਤਾ ਜੀ ਜਿਹੜੇ ਆਮ ਜਨਤਾ ਉਹ ਕਿੱਥੋਂ ਖਾਊਗੀ ਤੁਸੀਂ ਆਪ ਸਹਾਰੇ ਆ ਅੱਗੇ ਜਿਹੜੇ ਕਰਜ਼ੇ ਵਾਲੇ ਜਿਨ੍ਹਾਂ ਤੋਂ ਕਰਜ਼ੇ ਲਈ ਸੀ ਸਰਕਾਰੀ ਬੈਂਕ ਕੋਲ ਪ੍ਰਾਈਵੇਟ ਕੰਪਨੀਆਂ ਕਹਿ ਲੋ ਉਹਨਾਂ ਨੇ ਲੋਕ ਮਰਨਰਗੇ ਕਰਤੇ ਸੀ ਪਿਤਾ ਜੀ ਆਪਾਂ ਕਿੱਧਰ ਜਾਈਏ ਫਿਰ ਹੁਣ ਮੈਂ ਤੁਹਾਨੂੰ ਫਿਰ ਇੱਕ ਗੱਲ ਕਹਿਣੀ ਚਾਹੂੰਗਾ ਕਿ ਇਹ ਗੱਲ ਮੈਂ ਤੁਹਾਨੂੰ ਵਾਰ-ਵਾਰ ਕਹਿ ਦੇਵਾਂ ਕਿ ਜਿਹੜੀ ਗੱਲ ਹਰ ਵਾਰੀ ਆਪਾਂ ਲਾਉਂਨੇ ਆ ਲਾਕਡਾਊਨ ਤੇ ਹਰ ਲਾਕਡਾਊਨ ਦੇ ਵਿੱਚ ਹੀ ਇਹ ਗੱਲ ਕਹਿ ਦਿੰਦੇ ਆ ਜੀ ਕਰਫਿਊ ਲੱਗ ਗਿਆ ਮਾਸਕ ਤੇ ਮਾਸਕ ਦੇ ਵਿੱਚ ਇੱਕ ਹੁਣ ਮੈਂ ਤੁਹਾਨੂੰ ਗੱਲ ਕਹਿ ਦੇਵਾਂ ਕਿ ਜਦੋਂ ਇਹ ਜਿਹੜੀ ਬਿਮਾਰੀ ਹੈ ਤਾਂ ਰਾਤ ਨੂੰ ਆਉਂਦੀ ਆ ਜਿਵੇਂ ਕੋਈ ਨਾਈਟ ਡਿਊਟੀ ਤੇ ਲਾਈ ਹੁੰਦੀ ਪਰਮਾਤਮਾ ਨੇ ਇਹ ਰਾਤ ਨੂੰ ਆਉਂਦੀ ਆ ਫਿਰ ਸਵੇ ਆਪਾਂ ਮਾਸਕ ਤੇ ਚਲਾਨ ਕੱਢਦੇ ਆ ਫਿਰ ਪਿਤਾ ਜੀ ਹੁਣ ਮੈਂ ਤੁਹਾਨੂੰ ਇਹ ਵੀ ਗੱਲ ਕਹਿਣੀ ਚਾਹੂੰਗਾ ਕਿ ਜਿਹੜਾ ਆਪਣਾ ਚਲਾਨ ਕੱਟੀ ਦਾ 1000 ਰੁਪਿਆ ਲੈਂਦੇ ਆ ਕੋਈ 500 ਲੈਂਦੇ ਆ ਹੁਣ ਖੌਰੇ ਕਹੀ ਜਾਂਦੇ 1000 ਰੁਪਏ ਜੁਰਮਾਨਾ ਮਾਸਕ ਲਗਾਉਂਦਾ ਪਰ ਮੈਂ ਹੁਣ ਤੁਹਾਨੂੰ ਇਹ ਗੱਲ ਕਹਿ ਦੇਵਾਂ ਵੀ ਜਿਹੜਾ 1000 ਰੁਪਿਆ ਲੈਨੇ ਆ ਆਪਾਂ ਮਾਸਕ ਲਗਾਉਂਦਾ ਤੇ ਉਹਨਾਂ 1000 ਰੁਪਏ ਦੇ ਵਿੱਚ ਹੁਣ ਤੁਸੀਂ ਸੁਣੋ ਕੀ ਹੋ ਸਕਦਾ 11 ਜ਼ਿਲ੍ਹਿਆਂ ਦੇ ਵਿੱਚ ਯਾਰ ਹਰ ਸਹ ਉਹ ਮਤਲਬ ਲਗਭਗੇ ਲੱਖ ਰੁਪਈਆ ਹੋ ਗਿਆ ਹੁਣੇ ਲੱਖ ਰੁਪਈਆ ਜਿਹੜਾ ਹੋ ਗਿਆ ਤੇ ਲੱਖ ਰੁਪਈਆ ਇੱਕ ਜ਼ਿਲ੍ਹੇ ਚ ਹੋ ਗਿਆ ਤੇ 11 ਜ਼ਿਲ੍ਹਿਆਂ ਦਾ 11 ਲੱਖ ਰੁਪਈਆ ਬਣਿਆ ਤੇ ਪਿਤਾ ਜੀ ਜਿਹੜਾ ਆਪਾਂ ਇਹ ਹਜ਼ਾਰ ਰੁਪਈਆ ਇੱਕ ਬੰਦੇ ਤੋਂ ਲਈ ਜਾਂਦੇ ਆ ਕਿਉਂ ਨ ਹੋਵੇ ਵੀ ਜਿਹੜਾ ਆਪਾਂ ਹਜ਼ਾਰ ਰੁਪਈਆ ਦਾ ਚਲਾਨ ਕੱਟਦੇ ਆ ਤੇ ਉਹ ਲੋਕਾਂ ਨੂੰ ਆਪਾਂ ਮਾਸਕ ਲੈ ਕੇ ਦੇ ਦਈਏ ਇਹ ਪਿਤਾ ਜੀ ਮਤਲਬ ਤੁਸੀਂ ਸੋਚੋ ਕਿਉਂਕਿ ਤੁਹਾਡੇ ਹੀ ਬੱਚੇ ਰਹਿੰਦੇ ਆ ਪੰਜਾਬ ਦੇ ਵਿੱਚ ਹੋਰ ਤਾਂ ਕੋਈ ਰਹਿੰਦਾ ਨਹੀਂ ਤੇ ਦੂਜਾ ਨੰਬਰ ਹੁਣ ਮੈਂ ਇੱਥੇ ਗੱਲ ਕਹਿ ਦੇਵਾਂ ਸੁਖਵੀਰ ਬਾਗਲ ਜੀ ਨੂੰ ਜਿਹੜਾ ਕੋਰੋਨਾ ਵਾਇਰਸ ਬਿਮਾਰੀ ਆ ਤੇ ਸਾਨੂੰ ਸੋਗ ਵੀ ਇਸ ਗੱਲ ਦਾ ਤੇ ਪਰ ਮੈਂ ਹੁਣ ਇੰਨੀ ਗੱਲ ਜ਼ਰੂਰ ਕਹਿਣਾ ਚਾਹੂੰਗਾ ਕਿ ਉਹ ਦਿੱਲੀ ਦੇ ਵਿੱਚ ਉਹਨਾਂ ਨੂੰ ਉਹ ਦਾਖਲ ਕੀਤਾ ਗਿਆ ਕਿਉਂਕਿ ਇਸ ਦਾ ਪੰਜਾਬੀ ਦੇ ਵਿੱਚ ਕਹਿ ਦਿੰਦੇ ਹੁੰਦੇ ਆ ਤੁਸੀਂ ਐਡਮਿਟ ਕਹਿ ਦਿੰਦੇ ਆ ਪਰ ਹੁਣ ਪਿਤਾ ਜੀ ਮੈਂ ਇਹ ਗੱਲ ਕਹਿਣੀ ਚਾਹੂੰਗਾ ਵੇਖੋ ਕਿ ਇਹਨਾਂ ਨੂੰ ਸਮਝਾਉਣ ਵਾਲੀ ਗੱਲਾਂ ਵੀ ਇਹਨਾਂ ਦੀ 10 ਸਾਲ ਸਰਕਾਰ ਰਹੀ ਆ ਤੇ ਪਿਤਾ ਜੀ ਆ ਪੰਜ ਸਾਲੋਂ ਤੁਹਾਡੀ ਲਗਭਗ ਤੁਹਾਨੂੰ 100 ਸਾਲ ਦੇ ਦੋਨਾਂ ਨੂੰ ਤਕਰੀਬਨ ਹੋ ਗਿਆ ਤੁਹਾਡੀ ਸਰਕਾਰ ਆ ਗਈ ਪਿਤਾ ਜੀ ਕਦੇ ਉਹਨਾਂ ਦੀ ਆ ਗਈ ਕਦੇ ਚਾਚਾ ਦੀ ਆਦੀ ਸਰਕਾਰ ਆ ਗਈ ਕਦੇ ਸਾਡੇ ਪਿਤਾ ਜੀ ਦੀ ਸਰਕਾਰ ਆ ਗਈ ਪਰ ਪਿਤਾ ਜੀ ਮੈਂ ਇੱਕ ਗੱਲ ਤੇ ਬੜਾ ਰਾਣਾ ਚਾਚੇ ਕੀ ਸਰਕਾਰ ਵੀ ਦੱਸ ਸਰ ਰਹੀ ਆ ਤੇ ਚਾਚੇ ਕਹਿੰਨੇ ਲੋਕਾਂ ਵਾਸਤੇ ਤਾਂ ਹਸਪੀਟਲ ਕੀ ਬਣਾਉਣਾ ਸੀ ਇਹ ਚਾਚੋ ਰੰਨ ਵੇਖ ਲਓ ਆਪਦੇ ਵਾਸਤੇ ਵੀ ਇੱਕ ਹਸਪੀਟਲ ਨਹੀਂ ਬਣਾਇਆ ਤੇ ਪਿਤਾ ਜੀ ਉਹਨੂੰ ਮੈਂ ਤੁਹਾਨੂੰ ਕਹਿ ਦਿੰਨਾ ਤੁਸੀਂ ਵੀ ਕੋਈ ਚੰਗੇ ਹਸਪੀਟਲ ਬਣਾ ਦਿਓ ਕਿਤੇ ਕਿਉਂਕਿ ਜਿਹੜੇ ਮੰਤਰੀ ਆ ਉਹ ਤਾਂ ਦਿੱਲੀ ਜਾਵਰਦੇ ਤੇ ਆਮ ਲੋਕ ਪੰਜਾਬ ਤੋਂ ਬਾਹਰ ਨਹੀਂ ਜਾ ਸਕਦੇ ਤੇ ਕਿਉਂਕਿ ਉਹਨਾਂ ਕੋਲ ਇੰਨੀ ਪੂੰਜੀ ਨਹੀਂ ਗਈ ਵੀ ਉਹ ਜਾਵਣ ਇੱਥੇ ਤਾਂ ਰੋਟੀ ਤੋਂ ਮਹਤਾਜ ਹੋਏ ਪਏ ਆ ਤੇ ਹੁਣ ਮੈਂ ਤੁਹਾਨੂੰ ਇਹ ਗੱਲ ਕਹਿਣੀ ਚਾਹੁੰਗਾ ਪਿਤਾ ਜੀ ਜਿਹੜੇ ਹੁਣ ਬੱਚੇ ਆਪਣੇ ਤੁਹਾਡੇ ਚਲੋ ਜਿਹੜੇ ਤਗੜੇ ਜਿਹੜੇ ਪੁੱਤਰ ਆ ਤੁਹਾਡੇ ਤਗੜੇ ਬੱਚੇ ਆ ਤੁਹਾਡੇ ਉਹਨਾਂ ਦੇ ਜਿਹੜੇ ਬੱਚੇ ਪੋਤਰੇ ਪੋਤਰੀਆਂ ਉਹ ਤਾਂ ਚੰਗੇ ਪ੍ਰਾਈਵੇਟ ਸਕੂਲਾਂ 'ਚ ਪੜਦੇ ਆ ਤੇ ਉਹਨਾਂ ਨੇ ਹੁਣ ਪਿਛਲੀ ਵਾਰੀ ਵੇਖ ਲਓ ਸਕੂਲ ਉਹ ਜਿਹੜੇ ਕਹਿ ਲਈ ਜਿਨ੍ਹਾਂ ਨੇ ਸਕੂਲ ਚਲਾਏ ਆ ਸੌਰੀ ਮੈਂ ਮਾਫੀ ਚਾਹੁੰਨਾ ਤੁਹਾਡੇ ਜਿਹੜੇ ਪੁੱਤ ਪੋਤਰੇ ਉਹਨਾਂ ਨੇ ਸਕੂਲ ਚਲਾਏ ਆ ਉਹ ਸਕੂਲ ਉਹਨਾਂ ਨੇ ਪਿਛਲੇ ਸਾਲ ਬੰਦ ਰੱਖ ਕੇ ਤਾਂ ਵੀ ਆਪਾਂ ਉਹਨਾਂ ਤੋਂ ਜਿਹੜੇ ਆਮ ਜਨਤਾ ਸੀ ਉਹਨਾਂ ਤੋਂ ਪੈਸਾ ਲਿਆ ਵੀ ਹਾਂਜੀ ਤੁਸੀਂ ਘਰੇ ਬੈਠੇ ਨਹੀਂ ਫੀਸਾਂ ਦੇਣੀਆਂ ਇਦੋਂ ਉੱਤੋਂ ਕੀ ਵੇਖੋ ਆਪਾਂ ਵੈਨਾ ਵਾਲਿਆਂ ਦਾ ਵੀ ਪੈਸਾ ਲਿਆ ਤੇ ਵੈਨਾ ਵਾਲਿਆਂ ਨੂੰ ਚਾਰਾਂ ਨੂੰ ਚੁਣਮੇ ਚੁਣਮੇ ਨੂੰ ਪੈਸਾ ਮਿਲਿਆ ਪਰ ਉਹਨਾਂ ਨੂੰ ਮਿਲਿਆ ਵੀ ਨਹੀਂ ਫਿਰ ਪਿਤਾ ਜੀ ਹੁਣ ਮੈਂ ਗੱਲ ਕਹਿਣੀ ਚਾਹੂੰਗਾ ਜਿਹੜੇ ਸਰਕਾਰੀ ਸਕੂਲਾਂ ਦੇ ਵਿੱਚ ਬੱਚੇ ਪੜ੍ਹਦੇ ਆ ਉਹਨਾਂ ਦਾ ਬੇੜਾ ਬਹਿ ਗਿਆ ਜਾਵੇਂ ਕਿਉਂਕਿ ਪਿਛਲੀ ਵਾਰੀ ਜਿਹੜਾ ਕਰਫਿਊ ਕਹ ਲਓ ਚਾਹੇ ਲਾਕਡਾਊਨ ਕਹ ਲਓ ਇਹ ਲਾਕਡਾਊਨ ਨਹੀਂ ਕਹਿ ਸਕਦੇ ਲਾਕਡਾਊਨ ਕਹਿ ਸਕਦੇ ਆ ਜਿਵੇਂ ਜਦੋਂ ਪਿਛਲੀ ਵਾਰੀ ਲਾਕਡਾਊਨ ਹੋਏ ਸੀਗੇ ਤੇ ਲਾਕਡਾਊਨ ਹਾਲੇ ਉਹੀ ਨਹੀਂ ਠੀਕ ਹੋਏ ਸੀਗੇ ਤਾਂ ਹੁਣ ਫਿਰ ਲੱਗ ਗਿਆ ਪਿਤਾ ਜੀ ਮੈਂ ਕਹਿਣਾ ਚਾਹੂੰਗਾ ਪਿਛਲੇ ਸਾਲ ਜਿਹੜਾ ਤੁਸੀਂ ਰਾਸ਼ਨ ਭੇਜਿਆ ਸੀ ਉਹ ਵੀ ਤੁਹਾਡੇ ਕੋਈ ਮੰਤਰੀਆਂ ਮੰਤਰੀਆਂ ਦੇ ਘਰੇ ਤੁਹਾਡੇ ਜਿਹੜੇ ਸਰਪੰਚਾਂ ਦੇ ਘਰਾਂ 'ਚ ਤੁਹਾਡੇ ਮੈਂਬਰਾਂ ਦੇ ਘਰਾਂ 'ਚ ਹੀ ਰਹਿ ਗਿਆ ਕਿਉਂਕਿ ਆਮ ਜਨਤਾ ਤੱਕ ਨਹੀਂ ਪਹੁੰਚਿਆ ਹੁੰਦਾ ਸੀ ਵੀ ਪਿੰਡ ਦੇ ਵਿੱਚ 2642 ਵੋਟਾਂ ਹੁੰਦੀਆਂ ਸੀ ਤੇ ਗੱਟੇ 70 75 ਆਉਂਦੇ ਸੀ ਹੁਣ ਪਿਤਾ ਜੀ ਇਹ ਤੁਸੀਂ ਦੱਸੋ ਵੀ ਆਮ ਜਨਤਾ ਜਾਵੇ ਕਿੱਧਰ ਤੇ ਮੈਂ ਹੁਣ ਇੱਥੇ ਤੁਹਾਨੂੰ ਇਹ ਵੀ ਕਹਿਣਾ ਚਾਹੂੰਗਾ ਵੀ ਜਿੱਥੇ ਹੁਣ ਰੈਲੀਾਂ ਹੋ ਰਹੀਆਂ 1 21 ਤਰੀਕ ਨੂੰ ਹਣੀ ਕੇਜਰੀਵਾਲ ਦੀ ਰੈਲੀ ਤੇ ਪਿਤਾ ਜੀ ਹੁਣ ਮੈਂ ਤੁਹਾਨੂੰ ਇਹ ਗੱਲ ਕਹਿ ਦੇਵਾਂ ਵੀ ਉੱਥੇ ਆਪੇ ਉੱਥੇ ਹਜ਼ਾਰ ਲੱਖਾਂ ਦਾ ਇਕੱਠ ਵੀ ਕਹਿ ਸਕਦੇ ਆਪਾਂ ਇੱਕ ਪਿੰਡ ਦੇ ਵਿੱਚੋਂ 100 ਬੰਦਾ ਵੀ ਗਿਆ ਤੇ 13000 ਪਿੰਡ ਆ ਤੇ ਕਿੱਥੇ ਗੱਲ ਪਹੁੰਚਦੀ ਹੁਣ ਪਿਤਾ ਜੀ ਤੁਸੀਂ ਆਪ ਸੇ ਆਣੇ ਆ ਜਿਹੜੇ ਤਾਂ ਉੱਥੇ ਰੈਲੀ ਦੇ ਵਿੱਚ ਜਾਣਗੇ ਉਹਨਾਂ ਦੇ ਜਿਹੜੇ ਬੱਚੇ ਆ ਤੇ ਉਹ ਤਾਂ ਕਾਪਾ ਸਕੂਲਾਂ ਤੋਂ ਘਰੇ ਬਿਠਾ ਲੈ ਵੀ ਤੁਸੀਂ ਘਰੇ ਰੱਖੋ ਇਹਨਾਂ ਬੱਚਿਆਂ ਨੂੰ ਇਹਨਾਂ ਨੇ ਬਾਹਰ ਨਹੀਂ ਜਾਣਾ ਇਹਨਾਂ ਨੇ ਸਕੂਲੇ ਨਹੀਂ ਆਉਣੇ ਇਹਨਾਂ ਨੂੰ ਬਿਮਾਰੀ ਹੋ ਸਕਦੀ ਆ ਪਰ ਦੂਜੇ ਪਾਸੇ ਉਹਨਾਂ ਦੇ ਜਿਹੜੇ ਮਾਪੇ ਆ ਉਹਨਾਂ ਬੱਚਿਆਂ ਦੇ ਉਹਨਾਂ ਨੂੰ ਆਪਾਂ ਰੇਲਿੰਗਾਂ 'ਚ ਕੱਲੀ ਜਾਣੇ ਆ ਮਾਸਕ ਹੋਊਗਾ ਸੈਨੀਟਾਈਜ਼ਰ ਹੋਊਗਾ ਹੋ ਸਕਦਾ ਗਲਵ ਵੀ ਹੋਵੇ ਪਰ ਇਹ ਪਿਤਾ ਜੀ ਆਪੇ ਤਾਂ ਨਾ ਕਹਿ ਸਕਦੇ ਵੀ ਜਿਹੜੀ ਇਹ ਬਿਮਾਰੀ ਆ ਜਿਹਦੇ ਲੱਗੀ ਇਹ ਤਾਂ ਜਿਹਨੇ ਪ੍ਰਮਾਤਮਾ ਨੇ ਫਿਰ ਲਾਉਣੀ ਉਹਨੂੰ ਤਾਂ ਹੋ ਹੀ ਜਾਣੀ ਆ ਤੇ ਪਿਤਾ ਜੀ ਇਸ ਕਰਕੇ ਰੇਲਿੰਗਾਂ ਤੇ ਵੀ ਤੁਸੀਂ ਉਹਨੂੰ ਪੂਰਾ ਨੱਥ ਪਾਓ ਇਹਨਾਂ ਨੂੰ ਜਿਹੜੀ ਉਹਨਾਂ ਵਿਆਹ ਸ਼ਾਦੀਆਂ ਦੀ ਗੱਲ ਆ ਇਹ ਆ ਵਿਆਹ ਹੁੰਦਾ ਉਹਦੇ ਕੋਰੋਨਾ ਵਾਇਰਸ ਪਤਾ ਨਹੀਂ ਕਿੱਧਰ ਜਾ ਵਰਦਾ ਫਿਰ ਜਦੋਂ ਬੱਸਾਂ ਚੱਲਦੀਆਂ ਉਹਦੇ ਵਿੱਚ ਆਪਾਂ 25 ਬੰਦੇ ਕਹਿੰਨੇ ਉਥੇ 50 ਬਹਿ ਜਾਂਦੇ ਪਿਛਲੀ ਏਰੀ ਨਾਲੇ ਮੈਂ ਤੁਹਾਨੂੰ ਦੱਸਿਆ ਵੀ ਸੀਗਾ ਪਰ ਤੁਸੀਂ ਗੌਰ ਨਹੀਂ ਕੀਤੀ ਇਹ ਗੱਲਾਂ ਤੇ ਪਰ ਪਿਤਾ ਜੀ ਐਕਟ ਲੋਕ ਨਾ ਮਰ ਜਾਣ ਤੁਹਾਡੇ ਅੱਗੇ ਬੇਨਤੀ ਹੈ ਤੇ ਮੈਂ ਉਹ ਦੋ ਤਿੰਨ ਮਿੰਟਾਂ ਦਾ ਮੌਨਵਾਰਤ ਰੱਖਣਾ ਤੇ ਮੌਨਵਾਰਤ ਕੈਪਟਨ ਸਾਹਿਬ ਤੱਕ ਜਰੂਰ ਪਹੁੰਚਾਇਆ ਜੇ ਤੇ ਮੈਂ 3 ਮਿੰਟਾਂ ਦਾ ਮੌਨਵਾਰਤ ਰੱਖੂੰਗਾ ਇਹ ਮੇਰੀ ਪਿਤਾ ਜੀ ਤੁਹਾਡੇ ਅੱਗੇ ਬੇਨਤੀ ਹੈ ਮੇਰਾ ਮੌਨਵਾਰਤ ਵੀ ਤੁਹਾਡੇ ਤੱਕ ਵੀ ਹੋ ਸਕਦਾ ਤੁਹਾਡੇ ਤੱਕ ਇਹ ਗੱਲ ਸਾਡੀ ਪਹੁੰਚ ਜੇ ਤੇ ਪਿਤਾ ਜੀ ਤੁਹਾਡੇ ਜਿਹੜੇ ਗਰੀਬ ਬੱਚੇ ਆ ਜਿਹੜੇ ਗਰੀਬ ਕਿਸਾਨ ਬੱਚੇ ਆ ਗਰੀਬ ਮਜ਼ਦੂਰ ਬੱਚੇ ਆ ਉਹ ਭੁੱਖੇ ਮਰ ਜਾਣਗੇ ਉਹਨਾਂ ਕੋਲ ਕੁਝ ਖਾਣ ਨੂੰ ਹੈ ਨਹੀਂਗਾ ਪਿਤਾ ਜੀ ਇੱਕ ਤੁਸੀਂ ਮੈਂ ਤੁਹਾਨੂੰ ਹੋਰ ਕਹਿ ਦੇਵਾਂ ਵੀ ਪਿਤਾ ਜੀ ਤੁਹਾਡੇ ਕੋਲ ਤਾਂ ਚੰਗੀਆਂ ਗੱਡੀਆਂ ਚੱਲੋ ਅਸੀਂ ਉਹਨਾਂ ਦੀ ਆਰਸੀ ਨਹੀਂ ਜਾਣਦੇ ਹੋ ਸਕਦਾ ਤੁਹਾਡੇ ਕੋਲ ਹੋਵੇ ਆਰਸੀ ਜਾਂ ਨਾ ਹੋਵੇ ਤੁਸੀਂ ਨਾ ਵੀ ਬਣਵਾਓਗੇ ਤੁਹਾਨੂੰ ਕਿਹੜਾ ਪੁਲਿਸ ਰੋਕਣ ਲੱਗੀ ਹੈ ਭਲਾ ਤੁਹਾਡੀ ਸਰਕਾਰ ਵੀ ਨਾ ਹੋਵੇ ਕਿਉਂਕਿ ਪਿਤਾ ਜੀ ਦਾ ਦਰਦ-ਦੁਬਾ ਬਹੁਤ ਆ ਪੰਜਾਬ ਦੇ ਵਿੱਚ ਕਿ ਮੈਂ ਕਹਿੰਦਾ ਇੰਡੀਆ ਦੇ ਵਿੱਚ ਪੂਰਾ ਪਿਤਾ ਜੀ ਪਰ ਜਿਹੜੇ ਤੁਹਾਡੇ ਗਰੀਬ ਬੱਚੇ ਉਹ ਮੋਟਰਸਾਈਕਲ ਲੈਂਦੇ ਆ ਉਹਨਾਂ ਨੂੰ 12-12 ਹਜ਼ਾਰ ਦੀ ਕਾਪੀ ਪੈਂਦੀ ਆ ਤੇ ਜਿਹੜੇ ਕਾਰਾਂ ਲੈਂਦੇ ਆ ਉਹਨਾਂ ਨੂੰ 10 ਲੱਖ ਵਾਲੀ ਕਾਰ ਉਹ 12-2 ਲੱਖ ਦੀ ਕਾਪੀ ਪੈਂਦੀ ਆ ਤੇ ਪਿਤਾ ਜੀ ਜੇ ਕਿਸੇ ਨੇ ਟਰੱਕ ਹੀ ਲੈਣਾ ਹੋਵੇ ਇਹ ਤਾਂ ਗੱਲ ਐ ਹੁੰਦੀ ਆ ਵੀ ਪੰਜਾਹ ਮਾ ਸੌਦਾ ਹੋਵੇ ਤੇ ਨਾਲਾ 900 ਦਾ ਹੋਵੇ ਤੇ ਜਿਹਨੇ ਟਰੱਕ ਲੈਣਾ ਹੋਵੇ ਉਹਨੂੰ ਪਿਤਾ ਜੀ ਕਹਿੰਦੇ ਵੀ 12 ਲੱਖ ਦੀ ਕਾਪੀ ਬਣਦੀ ਆ ਪਰ ਪਿਤਾ ਜੀ ਉਹਨੇ ਇਹ ਗੱਲ ਮੈਂ ਕਹਿਣੀ ਚਾਹੂੰਗਾ ਜਦੋਂ ਪਿਤਾ ਜੀ ਤੁਸੀਂ ਦਿਹਾੜੀ ਨਹੀਂ ਵਧਾਈ ਆਪਦੇ ਬੱਚਿਆਂ ਦੀ ਜਿਹੜੇ ਮਜ਼ਦੂਰ ਆ ਪਿਤਾ ਜੀ ਜਿਹੜੇ ਕਿਸਾਨ ਫਸਲ ਵੇਚ ਇਹ ਆਪਾਂ ਕਿਵੇਂ ਰੇਟ ਆਫ ਕਰ ਸਕਦੇ ਆ ਵੀ ਮੇਰਾ ਆਪਾਂ ਕਾਪੀਆਂ ਦਾ ਰੇਟ ਕਾਤੋਂ ਮੰਗਾਈ ਬਿਧਾ ਰਹੇ ਆ ਇਹ ਪਿਤਾ ਜੀ ਤੁਹਾਨੂੰ ਸੋਚਣਾ ਚਾਹੀਦਾ ਦੂਜਿਆਂ ਨੇ ਇੱਥੇ ਮੈਂ ਲੋਕਾਂ ਨੂੰ ਕਹਿ ਦੇਵਾਂ ਜਿਹੜੇ ਲੋਕ ਕਹਿੰਦੇ ਜੀ ਪੈਟਰੋਲ ਚੜ ਗਿਆ ਤਾਂ ਚੜ ਗਿਆ ਹੋ ਗਿਆ ਜਿਹੜੇ ਕਹਿੰਦੇ ਜੀ ਸਿਲੰਡਰ ਬੜੇ ਮਹਿੰਗੇ ਹੋ ਗਏ ਗੈਸ ਬਹੁਤ ਮਹਿੰਗੀ ਹੋ ਰਹੀ ਹੈ ਐਰਾ ਵਗੈਰਾ ਉਹ ਲੋਕਾਂ ਨੂੰ ਮੈਂ ਕਹਿ ਦੇਵਾਂ ਭਾਈ ਸਾਹਿਬ ਉਹਨਾਂ ਨੇ ਤੁਹਾਨੂੰ ਨਸ਼ੇ ਤੇ ਲਾ ਦਿੱਤਾ ਪੈਟਰੋਲ ਵੀ ਤੁਹਾਨੂੰ ਇੱਕ ਨਸ਼ਾ ਹੀ ਲਾਇਆ ਹੋਇਆ ਸਾਰੇ ਸਾਰਿਆਂ ਕੋਲ ਹੀ ਮੋਟਰਸਾਈਕਲ ਆ ਜਿਹੜਾ ਇੱਕ ਗੈਸ ਆ ਜਿਹੜੀਆਂ ਬੁੜੀਆਂ ਪਹਿਲਾਂ ਚੁੱਲ੍ਹੇ 'ਤੇ ਰੋਟੀਆਂ ਪਕਾਉ ਪਰਾਣੀਆਂ ਬੁੜੀਆਂ ਮੈਂ ਤਾਂ ਵੇਖਿਆ ਨੇ ਵੀ ਉਹ ਕਿਤੇ ਮਰਮੁਰ ਜਾਂਦੀਆਂ ਸੀਗਾ ਤੇ ਅੱਜ ਦੀਆਂ ਜਿਹੜੀਆਂ ਸਾਡੀਆਂ ਕਹਿ ਲੋ ਚਾਹੇ ਉਹ ਸਾਡੀਆਂ ਮਾਵਾਂ ਕਹਿ ਲੋ ਸਾਡੀਆਂ ਭੈਣਾਂ ਕਹਿ ਲੋ ਅੱਜ ਕੱਲੇ ਚੁੱਲ੍ਹੇ ਦੇ ਨੇੜੇ ਨਹੀਂ ਹੁੰਦੀਆਂ ਤੇ ਇਹਨਾਂ ਨੂੰ ਕੀ ਪਤਾ ਬੰਦੇ ਕਿਵੇਂ ਪੈਸੇ ਕਮਾਉਂਦੇ ਆ ਜਿਹੜੇ ਵੀ ਘਰੇ ਚਲੋ ਕਰੀਆਂ ਹਾਊਸ ਵਾਈਫ ਆ ਮੈਂ ਉਹਨਾਂ ਨੂੰ ਮਾੜਾ ਨਹੀਂ ਕਹਿੰਦਾ ਪਰ ਧੀ ਧਿਆਣੀਓ ਮੇਰੀਓ ਮਾਵਾਂ ਮੇਰੀਓ ਭੈਣੋ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਇਹ ਤੁਹਾਡੇ ਹੱਥ ਆ ਜੇਕਰ ਤੁਸੀਂ ਸਿਲੰਡਰ 2 ਚਾਰ ਮਹੀਨੇ ਨਾ ਚਲਾਉਣਾ ਤੇ ਮੈਂ ਗਰੰਟੀ ਨਾਲ ਕਹਿੰਦਾ ਇਹ ਸਿਲੰਡਰ ਪਲਾ ਤੁਸੀਂ 300 ਰੁਪਏ ਕਰਾ ਲਓ ਜੇ ਪਰ ਤੁਸੀਂ ਆਪ ਚਲਾਉਨੇ ਆ ਇਹ ਜੇ ਸਿਲੰਡਰ ਤੁਸੀਂ 2 ਮਹੀਨੇ ਵੀ ਨਾ ਚਲਾਉਂਗੇ ਸਰਕਾਰ ਨੂੰ ਇੰਨਾ ਘਾਟਾ ਪੈ ਜਾਣਾ ਇਹ ਸਿਲੰਡਰਾਂ ਦੇ ਵਿੱਚੋਂ ਵੀ ਜਿੰਨਾ ਉਹਨਾਂ ਨੂੰ 10 ਸਾਲਾਂ ਚ ਨਹੀਂ ਪਿਆਉਣਾ ਹੁਣ ਜਿਹੜੇ ਮੇਰੇ ਵੀਰ ਆ ਮੇਰੇ ਪਿਓਾਂ ਦੇ ਸਮਾਨ ਆ ਮੇਰੇ ਚਾਚੇ ਲੱਗਦੇ ਆ ਮੇਰੇ ਭਰਾ ਲੱਗਦੇ ਮੈਂ ਉਹਨਾਂ ਨੂੰ ਕਹਿ ਦੇਵਾਂ ਕਿ ਆਪੇ ਤਾਂ ਕਹਿੰਦਾ ਜੀ ਪੈਟਰੋਲ ਵੱਧ ਗਿਆ ਪਰ ਸਰਕਾਰ ਨੇ ਆਪਣੇ ਆਖੇ ਘਟਾਉਣਾ ਨਹੀਂਗਾ ਪਰ ਉਹਨਾਂ ਦੇ ਵਿੱਚ ਵੀ ਕਹਿ ਦਿੰਦੇ ਨੇ ਨਾ ਵੀ ਤਾਲਾ ਆਪਣੇ ਚਾਬੀ ਆਪਣੇ ਕੋਲੇ ਆ ਤਾਲਾ ਜੇ ਚਾਬੀ ਲਾਵਾਂਗੇ ਤਾਂ ਤਾਲਾ ਖੁੱਲਣਾ ਤੇ ਨਹੀਂ ਉਹਨਾਂ ਦਾ ਤਾਲਾ ਨਹੀਂ ਖੁੱਲਣਾ ਚਾਬੀ ਇਸ ਕਰਕੇ ਜੇਬ 'ਚ ਪਾ ਲਓ ਮੋਟਰਸਾਈਕਲ ਨਾ ਚਲਾਓ ਸਿਰਫ 3 ਦਿਨ ਮੋਟਰਸਾਈਕਲ ਨਾ ਚਲਾਓ ਤੇ ਮੈਂ ਗਾਰੰਟੀ ਨਾਲ ਕਹਿੰਦਾ ਜਿਹੜਾ ਪੈਟਰੋਲਾ ਪਲਾ 50 ਰੁਪਏ ਕਰਾ ਲਓ ਜੇ ਮੈਂ ਤੁਹਾਨੂੰ ਗਾਰੰਟੀ ਨਾਲ ਕਹਿੰਦਾ ਤੇ ਦੂਜਾ ਹੁਣ ਮੈਂ ਪਿਤਾ ਜੀ ਨੂੰ ਬੜੀਆਂ ਮਿੰਤਾਂ ਕਰਦੀਆਂ ਇਹ ਪਿਤਾ ਜੀ ਲੋਕ ਸਵਾਲ ਪੁੱਛਦੇ ਆ ਮੈਂ ਨਹੀਂ ਪੁੱਛਦਾ ਕਿਉਂਕਿ ਕੱਲਾ ਮੈਂ ਨਹੀਂ ਪੰਜਾਬ ਦੇ ਵਿੱਚ ਹੁੰਦੇ ਸਾਰੇ ਪੰਜਾਬ ਦੇ ਲੋਕ ਹੁੰਦੇ ਆ ਪਿਛਲੀ ਵਾਰੀ ਜਿਹੜੇ ਪੰਜਾਬ ਦੇ ਵਿੱਚ ਲੋਕ ਮੈਂ ਕ ਹੋ ਸਕਦਾ ਮਹਾਮਾਰੀ ਨਾਲ ਘੱਟ ਮਰਨ ਪਰ ਸ਼ਰਾਬ ਦੇ ਨਾਲ ਪਿਛਲੀ ਵਾਰੀ ਬੜੇ ਮਰ ਗਏ ਸੀ ਇਹ ਤੁਹਾਨੂੰ ਵੀ ਪਤਾ ਜੇ ਘਰੋਂ ਨੂੰ ਵੇਖਿਆ ਜਾਵੇ ਤਾਂ ਲੋਕ ਆ ਜਿਹੜੇ ਉਹ ਭੁੱਖ ਨਾਲ ਜ਼ਰੂਰ ਮਰਨਗੇ ਕਿਉਂਕਿ ਜਿਹੜੇ ਬੱਚੇ ਸਾਡੇ ਐਜੂਕੇਸ਼ਨਲੋਂ ਤਾਂ ਮਰ ਗਏ ਤੁਸੀਂ ਇੱਕ ਪਾਸੇ ਕਹਿ ਰਹੇ ਹੋ ਵੀ ਘਰੇ 10 ਬੰਦੇ ਇਕੱਠੇ ਨਹੀਂ ਹੋਣੇ ਪਰ ਮੈਂ ਤੁਹਾਨੂੰ ਪਰਿਵਾਰ ਇਹੋ ਜਿਹਾ ਵਿਖਾ ਦਿਨਾ ਜਿਨ੍ਹਾਂ ਦੇ ਘਰੇ ਲਗਭਗ ਮੈਂ ਕਹਿ ਦਿੰਦਾ ਵੀ 15-15 ਆਪਦੇ ਮੈਂਬਰ ਉਹਨਾਂ ਦੇ ਘਰੇ ਫਿਰ ਤੁਸੀਂ ਕਿਹਾ ਜੀ 50 ਬੰਦੇ ਇਕੱਠੇ ਨਹੀਂ ਹੋ ਸਕਦੇ ਤੇ ਸਿਲਮਾ ਹਾਲ ਦੇ ਵਿੱਚ ਤੁਸੀਂ 250 ਬੰਦੇ ਦਾ ਕਹਤਾ ਜੀ 250 ਬੰਦਾ ਹੋ ਸਕਦਾ ਇਕੱਠਾ ਇਹ ਫਿਰ ਪਿਤਾ ਜੀ ਕਾਣੀਵੱਡ ਨਾ ਕਰੋ ਇਹ ਸਾਰੇ ਪੰਜਾਬ ਦੇ ਲੋਕ ਕਹਿੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਛੋਟੀ ਜੀ ਗੱਲ ਕਹਿ ਦਵਾਂ ਜੇਕਰ ਮੋਨ ਵਰਤ ਨਾਲ ਤੁਸੀਂ ਵੀ ਸਹਿਮਤ ਹੋ ਤਾਂ ਇਹਨੂੰ ਤੁਸੀਂ ਵੀਡੀਓ ਨੂੰ ਸ਼ੇਅਰ ਕਰ ਦਿਓ ਤੁਸੀਂ ਲਿਖ ਕੇ ਇਹ ਕਹਨਗੇ ਅਸੀਂ ਮੋਨ ਵਰਤ ਨਾਲ ਸਹਿਮਤ ਆ ਤੇ ਸਾਡੇ ਕੈਪਟਨ ਸਾਹਿਬ ਤੱਕ ਪਹੁੰਚਣਾ ਚਾਹੀਦਾ ਮੋਨ ਵਰਤ ਤੋਂ ਵਾਹਿਗੁਰੂ ਜੀ ਕਾ ਖਾਲਸ